PSPCL ਜੈ ਇਗਜ਼ਾਮ ਦੀ ਤਿਆਰੀ ਦੇ ਲਈ ਇਹ ਫੋਰਥ ਲੈਕਚਰ ਹੈ ਤੇ ਇਸ ਲੈਕਚਰ ਦੇ ਵਿੱਚ ਆਪਾਂ ਬੇਸਿਕ ਕਨਸੈਪਟ ਪੜਾਂਗੇ ਤੇ ਬੇਸਿਕ ਕਨਸੈਪਟ ਦੇ ਵਿੱਚ ਆਪਾਂ ਕੰਡਕਟੈਂਸ ਐਂਡ ਕੰਡਕਟਿਵਿਟੀ ਕਵਰ ਕਰਾਂਗੇ ਇਫੈਕਟ ਆਫ ਟੈਂਪਰੇਚਰ ਔਨ ਰੈਜ਼ਿਸਟੈਂਸ ਨੂੰ ਕਵਰ ਕਰਾਂਗੇ ਤੇ ਓਮਜ਼ ਲਾ ਨੂੰ ਕਵਰ ਕਰਾਂਗੇ ਤੇ ਬਹੁਤ ਹੀ ਇੰਪੋਰਟੈਂਟ ਟਾਪਿਕ ਨੇ ਇਹ ਸਾਰੇ ਤੇ ਸਟਾਰਟ ਕਰਦੇ ਆਪਾਂ ਕੰਡਕਟੈਂਸ ਤੋਂ ਕੰਡਕਟਰਸ ਕੀ ਹੁੰਦੀ ਹੈ ਰੈਜ਼ਿਸਟੈਂਸ ਦਾ ਨਾਮ ਤੇ ਤੁਸੀਂ ਸੁਣਿਆ ਹੀ ਹੋਏਗਾ ਪ੍ਰੀਵੀਅਸ ਲੈਕਚਰ ਦੇ ਵਿੱਚ ਵੀ ਤੁਹਾਨੂੰ ਰੈਜ਼ਿਸਟੈਂਸ ਬਾਰੇ ਪੜਾਇਆ ਸੀ ਤੇ ਰੈਜ਼ਿਸਟੈਂਸ ਕੀ ਹੁੰਦੀ ਏ ਕਰੰਟ ਦੇ ਰਸਤੇ ਦੇ ਵਿੱਚ ਰੁਕਾਵਟ ਜਿਹੜੀ ਕਰੰਟ ਦੇ ਰਸਤੇ ਦੇ ਵਿੱਚ ਰੁਕਾਵਟ ਏ ਉਹਨੂੰ ਕਹਿੰਦੇ ਨੇ ਰੈਜ਼ਿਸਟੈਂਸ ਹੁਣ ਗੱਲ ਕਰਦੇ ਆ ਕੰਡਕਟੈਂਸ ਦੀ ਜੇਕਰ ਰੈਜ਼ਿਸਟੈਂਸ ਜਿਹੜੀ ਆ ਉਹ ਕਰੰਟ ਦੇ ਰਸਤੇ ਦੇ ਵਿੱਚ ਰੁਕਾਵਟ ਪਾ ਰਹੀ ਏ ਤੇ ਕੰਡਕਟੈਂਸ ਇੱਕ ਪ੍ਰੋਪਰਟੀ ਹੁੰਦੀ ਏ ਮਟੀਰੀਅਲ ਦੀ ਜਿਹੜੀ ਆਫਰ ਕਰਦੀ ਏ ਮਤਲਬ ਕਹਿ ਲਓ ਕਿ ਜਿਹੜਾ ਮਟੀਰੀਅਲ ਆਫਰ ਕਰਦਾ ਏ ਕੰਡਕਕਟੈਂਸ ਉਹਦਾ ਮਤਲਬ ਇਹ ਹੁੰਦਾ ਏ ਕਿ ਮੈਕਸਿਮਮ ਕਰੰਟ ਜਿਹੜਾ ਵਾ ਉਹ ਮਟੀਰੀਅਲ ਦੇ ਵਿੱਚੋਂ ਫਲੋ ਕਰ ਜੇ ਓਕੇ ਕੰਡਕਟੈਂਸ ਜਿਹੜੀ ਆ ਉਹ ਰੈਸੀਪ੍ਰੋਕਲ ਆ ਰੈਜ਼ਿਸਟੈਂਸ ਤੇ ਰੈਸੀਪ੍ਰੋਕਲ ਹੈ ਰੈਜ਼ਿਸਟੈਂਸ ਤੇ ਜੇਕਰ ਰੈਜ਼ਿਸਟਰ ਜਿਹੜੀ ਆ ਕਰੰਟ ਦੇ ਫਲੋ ਨੂੰ ਰੋਕਦੀ ਪਈ ਹੈ ਤੇ ਕੰਡਕਟੈਂਸ ਉਹਨੂੰ ਆਫਰ ਕਰਦੀ ਪਈ ਹੈ ਕਿ ਕਰੰਟ ਫਲੋ ਹੋ ਜੇ ਆਸਾਨੀ ਦੇ ਨਾਲ ਠੀਕ ਹੈ ਆਪਾਂ ਕਹਿ ਸਕਦੇ ਆ ਦੀ ਕੰਡਕਟੈਂਸ ਆਫ ਅ ਮਟੀਰੀਅਲ ਕੰਡਕਟੈਂਸ ਆਫ ਅ ਮਟੀਰੀਅਲ ਇਸ ਰੈਸੀਪਰੋਕਲ ਆਫ ਰੈਜ਼ਿਸਟੈਂਸ ਮਤਲਬ ਉਲਟ ਇਸ ਰੈਸੀਪਰੋਕਲ ਆਫ ਰੈਜ਼ਿਸਟੈਂਸ ਰੈਸੀਪਰੋਕਲ ਆਫ ਰੈਜ਼ਿਸਟੈਂਸ ਕੀ ਮਤਲਬ ਇਹਦਾ ਹੋਇਆ ਕਿ ਜੇਕਰ ਰੈਜ਼ਿਸਟੈਂਸ ਕਰੰਟ ਨੂੰ ਰੋਕਣ ਦਾ ਕੰਮ ਕਰਦੀ ਏ ਤੇ ਕੰਡਕਟੈਂਸ ਉਹਨੂੰ इजीली ਫਲੋ ਕਰਨ ਦਾ ਕੰਮ ਕਰਦੀ ਏ ਇਸ ਕਰਕੇ ਜਿਹੜੇ ਕੰਡਕਟਿਵ ਮਟੀਰੀਅਲ ਹੁੰਦੇ ਨੇ ਜਾਂ ਕੰਡਕਟਿੰਗ ਮਟੀਰੀਅਲ ਹੁੰਦੇ ਨੇ ਜਿਦਾ ਕਾਪਰ ਉਹਦੀ ਕੰਡਕਟੈਂਸ ਹਾਈ ਹੁੰਦੀ ਹੈ ਓਕੇ ਉਹਦੀ ਕੰਡਕਟੈਂਸ ਕੀ ਹੈ ਹਾਈ ਹੁੰਦੀ ਹੈ ਹੁਣ ਗੱਲ ਕਰਦੇ ਆ ਜੇ ਯੂਨਿਟ ਦੀ ਯੂਨਿਟ ਇਹਦਾ ਹੁੰਦਾ ਹੈ ਮੋਹ ਠੀਕ ਹੈ ਇੱਕ ਤੇ ਇਹਦਾ ਯੂਨਿਟ ਹੈ ਮੋਹ ਜਾਂ ਫਿਰ ਇਹਦਾ ਇੱਕ ਯੂਨਿਟ ਹੈ ਸੀਮਨ ਠੀਕ ਹੈ ਸੀਮਨਸ ਓਕੇ ਤੇ ਜੇ ਸਿੰਬਲ ਦੀ ਗੱਲ ਕਰੀਏ ਜਿੱਦਾਂ ਇਹ ਓਮ ਦਾ ਸਿੰਬਲ ਹੈ ਠੀਕ ਹੈ ਓਮ ਦਾ ਸਿੰਬਲ ਹੈ ਤੇ ਮੋਹ ਦਾ ਸਿੰਬਲ ਹੁੰਦਾ ਹੈ ਉਲਟੇ ਦੇ ਠੀਕ ਹੈ ਇਹ ਕਿਹਦਾ ਸਿੰਬਲ ਹੈ ਇਹ ਮੋਹ ਦਾ ਸਿੰਬਲ ਹੈ ਕਲੀਅਰ ਇਹ ਚ ਕੋਈ ਪ੍ਰੋਬਲਮ ਤਾਂ ਨਹੀਂ ਹੈ ਹੁਣ ਰੈਸੀਪ੍ਰੋਕਲ ਦੀ ਗੱਲ ਕੀਤੀ ਏ ਹੁਣ ਜੇ ਕੰਡਕਟੈਂਸ ਦੇ ਸਿੰਬਲ ਦੀ ਗੱਲ ਕਰੀਏ ਕੰਡਕਟੈਂਸ ਦਾ ਸਿੰਬਲ ਕੰਡਕਟਰ ਨੂੰ ਆਪਾਂ ਰਿਪਰੈਜ਼ੈਂਟ ਕਰਦੇ ਆ ਜੀ ਦੇ ਨਾਲ ਜਿੱਥੇ ਜੀ ਲਿਖਿਆ ਹੋਏਗਾ ਉਹ ਦੀ ਕੰਡਕਟੈਂਸ ਹੋਏਗੀ ਇਕਵਲ ਟੂ ਜਾਂ ਰੈਸੀਪ੍ਰੋਕਲ ਏ ਰੈਸੀਪ੍ਰੋਕਲ ਦਾ ਮਤਲਬ ਇਹਦੇ ਉਲਟ ਹੋਏਗੀ ਕਲੀਅਰ ਹੋ ਗਿਆ ਓਕੇ ਜੇ ਮੰਨ ਲਓ ਇੱਕ ਮਟੀਰੀਅਲ ਏ ਸਪੋਜ਼ ਕਰੋ ਇਹ ਵਾਲਾ ਮਟੀਰੀਅਲ ਏ ਇਹਦੀ ਕੋਈ ਰੈਜ਼ਿਸਟੈਂਸ ਆਰ ਏ ਉਹ ਕਹਿ ਦਨ ਜੀ ਇਹਦੀ ਕੰਡਕਟੈਂਸ ਫਾਈਂਡ ਕਰ ਦੋ ਤੁਸੀਂ ਸਿੰਪਲੀ ਕੀ ਕਰਨਾ 1/R ਕਰ ਦੇਣਾ G 1/R ਕਰ ਦੋ ਕੋਈ ਐਚ ਪ੍ਰੋਬਲਮ ਤੇ ਨਹੀਂ ਹੈ ਓਕੇ ਨੈਕਸਟ ਗੱਲ ਕਰਦੇ ਆ ਕੰਡਕਟਿਵਿਟੀ ਦੀ ਨੈਕਸਟ ਕੀ ਹੈ ਕੰਡਕਟਿਵਿਟੀ ਜਿੱਦਾਂ ਰਜਿਸਟਿਵਿਟੀ ਹੈ ਰਜਿਸਟਿਵਿਟੀ ਕੀ ਕਰਦੀ ਹੈ ਰਜਿਸਟਿਵਿਟੀ ਦਾ ਕੰਮ ਹੁੰਦਾ ਹੈ ਕਿ ਕਿੰਨੀ ਸਟਰੋਂਗਲੀ ਮਤਲਬ ਕੰਡਕਟੈਂਸ ਤੇ ਕੰਡਕਟਿਵਿਟੀ ਉਧਰ ਆਪਾਂ ਪੜਿਆ ਹੈ ਰਿਸਿਸਟੈਂਸ ਤੇ ਰਜਿਸਟਿਵਿਟੀ ਰਜਿਸਟੈਂਸ ਕੀ ਹੁੰਦੀ ਹੈ ਕਿ ਜਿੱਦਾਂ ਲੈਂਥ ਵੱਧਦੀ ਹੈ ਤੇ ਰਜਿਸਟੈਂਸ ਵੱਧ ਜਾਂਦੀ ਹੈ ਜਿੱਦਾਂ ਏਰੀਆ ਆਫ ਕ੍ਰੋਸ ਸੈਕਸ਼ਨ ਵੱਧਦਾ ਹੈ ਜਾਂ ਘਟਦਾ ਹੈ ਉਸੇ ਤਰੀਕੇ ਦੇ ਨਾਲ ਰਜਿਸਟੈਂਸ ਜਿਹੜੀ ਹੈ ਘਟਦੀ ਵੱਧਦੀ ਹੈ ਸਿਮਿਲਰਲੀ ਜੇ ਆਪਾਂ ਗੱਲ ਕਰਦੇ ਹਾਂ ਕੰਡਕਟੈਂਸ ਦੀ ਕਿ ਇਹਦੀ ਲੈਂਥ ਵਧੇਗੀ ਉਹਦੇ ਹਿਸਾਬ ਦੇ ਨਾਲ ਜਾਂ ਏਰੀਆ ਆਫ ਕ੍ਰੋਸ ਸੈਕਸ਼ਨ ਵਧੇਗਾ ਕਿਉਂਕਿ ਉਲਟ ਹੋ ਗਿਆ ਨਾ ਦੇਖੋ R ρL/A ਠੀਕ ਹੈ ਹੁਣ ਇੰਨੇ ਕੀ ਜੇ ਆਪਾਂ ਕੰਡਕਟੈਂਸ ਦੀ ਗੱਲ ਕਰੀਏ ਕੰਡਕਟੈਂਸ ਦੇ ਨਾਲ ਸਭ ਕੁਝ ਉਲਟ ਹੋ ਗਿਆ ਹੁਣ ਕੰਡਕਟੈਂਸ ਜਿਹੜੀ ਵਧੇਗੀ ਉਹ ਕੀ ਆ ਉਹ ਕਿਹਦੇ ਹੋ ਜੇਗੀ ਜੇ ਡਾਇਰੈਕਟਲੀ ਪ੍ਰੋਪੋਰਸ਼ਨਲ ਕਰ ਲਈਏ ਏਰੀਆ ਆਫ ਕ੍ਰੋਸ ਸੈਕਸ਼ਨ ਦੇ ਤੇ ਇਨਵਰਸਲੀ ਪ੍ਰੋਪੋਰਸ਼ਨਲ ਹੋ ਜੇਗੀ ਲੈਂਥ ਦੇ ਕਿ ਜੇਕਰ ਲੈਂਥ ਵਧੇਗੀ ਤੇ ਕੰਡਕਟੈਂਸ ਘਟੇਗੀ ਜੇਕਰ ਏਰੀਆ ਆਫ ਕ੍ਰੋਸ ਸੈਕਸ਼ਨ ਵਧੇਗਾ ਤੇ ਕੰਡਕਟੈਂਸ ਵੀ ਵਧੇਗਾ ਓਕੇ ਹੁਣ ਰਜਿਸਟਿਵਿਟੀ ਕੀ ਸੀ ਰਜਿਸਟਿਵਿਟੀ ਹੀ ਕਿ ਕਿੰਨਾ ਸਟਰੋਂਗਲੀ ਕਿੰਨਾ ਸਟਰੋਂਗਲੀ ਜਿਹੜੀ ਸਾਡੀ ਮਟੀਰੀਅਲ ਦੇ ਉਹ ਕਰੰਟ ਨੂੰ ਆਪੋਜ਼ ਕਰਦਾ ਪਿਆ ਹੈ ਓਕੇ ਕਿੰਨੇ ਸਟਰੋਂਗਲੀ ਜਿਹੜਾ ਮਟੀਰੀਅਲ ਇਹ ਕਰੰਟ ਨੂੰ ਆਪੋਜ਼ ਕਰਦਾ ਹੈ ਉਹਨੂੰ ਕਹਿੰਦੇ ਨੇ ਰੈジਸਟਿਵਿਟੀ ਉਹਨੂੰ ਕੀ ਕਹਿੰਦੇ ਨੇ ਰੈジਸਟਿਵਿਟੀ ਓਕੇ ਤੇ ਰੈジਸਟਿਵਿਟੀ ਸਿਰਫ ਟੈਂਪਰੇਚਰ ਤੇ ਨੇਚਰ ਆਫ ਮਟੀਰੀਅਲ ਤੇ ਡਿਪੈਂਡ ਕਰਦੀ ਸੀ ਓਕੇ ਹੁਣ ਇੱਥੇ ਤੁਸੀਂ ਰੋਹ ਦੇਖੀ ਹੈ ਰੋਹ ਦਾ ਮਤਲਬ ਇੱਥੇ ਆਪਾਂ sigma ਕਰਦਾਂਗੇ ਠੀਕ ਹੈ ਇੱਥੇ ਰੋਹ ਆ ਇੱਥੇ ਕੀ ਆ ਜਾਏਗਾ sigma ਆ ਜਾਏਗਾ sigma ਕੀ ਆ ਕੰਡਕਟਿਵਿਟੀ ਹੈ ਠੀਕ ਹੈ sigma ਕੀ ਹੈ ਕੰਡਕਟਿਵਿਟੀ ਹੈ ਓਕੇ ਹੁਣ ਕਿਸੇ ਵੀ ਮਟੀਰੀਅਲ ਦੀ ਜਿਹੜੀ ਰਜਿਸਟਿਵਿਟੀ ਨਾ ਫਿਕਸ ਹੁੰਦੀ ਹੈ ਉਹਦੀ ਇੱਕ ਵੈਲਿਊ ਜਿਹੜੀ ਹੈ ਫਿਕਸ ਹੁੰਦੀ ਹੈ ਸਪੋਜ਼ ਕਰੋ ਜੇਕਰ ਕੋਈ ਮਟੀਰੀਅਲ ਉਹਦੀ ਰਜਿਸਟਿਵਿਟੀ 2 ਹੈ ਤੇ ਉਹਦੀ 2 ਹੀ ਰਹੇਗੀ ਉਹ ਜਦੋਂ ਲੈਂਥ ਵਧੇਗੀ ਉਹਦੀ ਰੈਜ਼ਿਸਟੈਂਸ ਵਧੇਗੀ ਕਿਉਂਕਿ ਲੈਂਥ ਨੇ ਮਲਟੀਪਲਾਈ ਹੋਣਾ ਹੈ ਰਜਿਸਟਿਵਿਟੀ ਦੇ ਨਾਲ ਓਕੇ ਤੇ ਇਹ ਹੋ ਜਾਣਾ 4 4 ਓਮ ਕੀ ਹੈ ਇਹਦਾ ਚਾਰੋਂ ਮੇਦੀ ਰਿਸਿਸਟੈਂਸ ਇਸੇ ਤਰੀਕੇ ਦੇ ਨਾਲ ਕੰਡਕਟਿਵਿਟੀ ਆ ਜੇ ਆਪਾਂ ਕੰਡਕਟਿਵਿਟੀ ਦੀ ਗੱਲ ਕਰੀਏ ਕੰਡਕਟਿਵਿਟੀ ਕੀ ਆ ਰੈਸੀਪਰੋਕਲ ਆਫ ਇਟ ਇਜ਼ ਰੈਸੀਪਰੋਕਲ ਆਫ ਰੈਸੀਪਰੋਕਲ ਆਫ ਰਿਸਿਸਟਿਵਿਟੀ ਰਿਸਿਸਟਿਵਿਟੀ ਇਹਦਾ ਮਤਲਬ ਕੀ ਆ ਕਿ ਜਿਸ ਤਰ੍ਹਾਂ ਰਿਸਿਸਟਿਵਿਟੀ ਜਿਹੜੀ ਫਿਕਸ ਵਾ ਕਿਸੇ ਮਟੀਰੀਅਲ ਦੀ ਇਸੇ ਤਰੀਕੇ ਨਾਲ ਕੰਡਕਟਿਵਿਟੀ ਵੀ ਫਿਕਸ ਹੈ ਜਿੱਦਾਂ ਏਰੀਆ ਆਫ ਕ੍ਰੋਸ ਸੈਕਸ਼ਨ ਵਧੇਗਾ ਜਾਂ ਘਟੇਗਾ ਜਿੱਦਾਂ ਕੰਡਕਟਰ ਦੀ ਲੈਂਥ ਵਧੇਗੀ ਜਾਂ ਘਟੇਗੀ ਉਹਦੇ ਪ੍ਰੋਪੋਰਸ਼ਨਲ ਹੀ ਕੰਡਕਟੈਂਸ ਘਟੇ ਵਧੇਗੀ ਕੰਡਕਟਿਵਿਟੀ ਨਹੀਂ ਇਸ ਚੀਜ਼ ਨੂੰ ਨੋਟ ਕਰਕੇ ਰੱਖਣਾ ਤੇ ਜੇ ਆਪਾਂ ਯੂਨਿਟ ਦੀ ਗੱਲ ਕਰੀਏ ਇਹਦੇ ਇਹਦਾ ਜਿਹੜਾ ਯੂਨਿਟ ਹੈ ਉਹ ਹੁੰਦਾ ਹੈ ਮੋਹ ਪਰ ਮੀਟਰ ਮੋਹ ਪਰ ਮੀਟਰ ਔਰ ਸੀਮੰਸ ਪਰ ਮੀਟਰ सीमेंस सीमेंस पर मीट पर मीट ओके यूनिट क्लीयर एच कोई प्रॉब्लम तो नहीं कोई इशू तो नहीं है ओके सिंपल ही है कोई और चीज़ तो मैं करवाई नहीं बिल्कुल ही हूँ आपको नैक्सट पढ़ना है इफैक्ट की है टैम्परेचर का रजिस्टेंस के उपर इफैक्ट ऑफ टैम्परेचर temperature on resistance ਠੀਕ ਹੈ ਰੈਜ਼ਿਸਟੈਂਸ ਦੇ ਉੱਪਰ ਕੀ ਇਫੈਕਟ ਹੈ ਟੈਂਪਰੇਚਰ ਦਾ ਔਨ ਰੈਜ਼ਿਸਟੈਂਸ ਆਫ ਦੀ ਮਟੀਰੀਅਲ ਮਟੀਰੀਅਲ ਦੀ ਕਿਸੇ ਨਾ ਕਿਸੇ ਮਟੀਰੀਅਲ ਦੀ ਹੋਏਗੀ ਰੈਜ਼ਿਸਟੈਂਸ ਆਫ ਦੀ ਮਟੀਰੀਅਲ ਬੜਾ ਇੰਪੋਰਟੈਂਟ ਟਾਪਿਕ ਜੇ ਤੇ ਇਹਦੇ ਵਿੱਚੋਂ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਐਗਜ਼ਾਮ ਦੇ ਵਿੱਚ ਆ ਜਾਂਦੀਆਂ ਨੇ ਸੋ ਇਹਨੂੰ ਥੋੜਾ ਜਿਹਾ ਧਿਆਨ ਨਾਲ ਸਮਝ ਲਿਓ ਜਿਆਦਾ ਆਪਾਂ ਡੀਪ ਨਹੀਂ ਜਾਣਾ ਸਿੰਪਲ ਸਿੰਪਲ ਚੀਜ਼ਾਂ ਕਰਾਂਗੇ ਕੋਈ ਜਿਆਦਾ ਔਖਾ ਪੜ੍ਹਨ ਦੀ ਜ਼ਰੂਰਤ ਨਹੀਂ ਹੈ ਹੁਣ ਸਾਡੇ ਕੋਲ ਬੇਸਿਕਲੀ ਮਟੀਰੀਅਲ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਮਟੀਰੀਅਲ ਸਾਡੇ ਕੋਲ ਹੁੰਦੇ ਨੇ ਤਿੰਨ ਤਰ੍ਹਾਂ ਦੇ ਥੇਰ ਆਰ 3 ਟਾਈਪਸ ਆਫ ਮਟੀਰੀਅਲ ਠੀਕ ਹੈ ਪਹਿਲਾ ਮਟੀਰੀਅਲ ਹੈਗਾ ਕੰਡਕਟਰ ਠੀਕ ਹੈ ਜ਼ਰੂਰੀ ਨਹੀਂ ਇਹਨੂੰ ਪਹਿਲਾਂ ਹੀ ਕਹਿਣਾ ਵਾ ਮਤਲਬ ਫਰਸਟ ਮਟੀਰੀਅਲ ਜਿਹੜਾ ਮੈਂ ਲਿਖਦਾ ਪਿਆ ਵਾ ਫਰਸਟ ਮਟੀਰੀਅਲ ਹੈਗਾ ਕੰਡਕਟਰਸ ਠੀਕ ਹੈ ਕੰਡਕਟਰਸ ਆਗੇ ਨਮਸਕਾਰ ਇੱਕ ਲਾਈਨ ਥੰਦੇ ਦੇ ਰਹੇ ਹਾਂ। ਓਕੇ ਕੰਡਕਟਰ ਸੈਕੰਡ ਮਟੀਰੀਅਲ ਹੈਗਾ ਸਾਡੇ ਕੋਲ ਸੈਮੀ ਕੰਡਕਟਰ ਸੈਮੀ ਕੰਡਕਟਰ ਠੀਕ ਹੈ ਤੇ ਨੈਕਸਟ ਸਾਡੇ ਕੋਲ ਜਿਹੜਾ ਫੋਰਥ ਥਰਡ ਮਟੀਰੀਅਲ ਹੈ ਉਹ ਹੈਗੇ ਨੇ ਇਨਸੂਲੇਟਰਸ ਇਨਸੂਲੇਟਰ ਓਕੇ تین ਤਰ੍ਹਾਂ ਦੇ ਮਤਲ ਮਟੀਰੀਅਲ ਮੈਂ ਇਥੇ ਲਿਖਦੇ ਆਂ ਹੁਣ ਗੱਲ ਕਰਦੇ ਆ ਟੈਂਪਰੇਚਰ ਦੀ ਟੈਂਪਰੇਚਰ ਦੀ ਇਥੇ ਮੈਂ ਟੈਂਪਰੇਚਰ ਲਿਖ ਲਿਆ ਠੀਕ ਹੈ ਜੇਕਰ ਕੰਡਕਟਰ ਦਾ ਟੈਂਪਰੇਚਰ ਆਪਾਂ ਵਧਾਵਾਂਗੇ ਠੀਕ ਹੈ ਜੇਕਰ ਕੰਡਕਟਰ ਦਾ ਟੈਂਪਰੇਚਰ ਆਪਾਂ ਇਨਕਰੀਜ਼ ਕਰ ਦਈਏ ਕੰਡਕਟਰ ਦੇ ਟੈਂਪਰੇਚਰ ਨੂੰ ਕੀ ਇਨਕਰੀਜ਼ ਕਰਤਾ ਹੈ ਉਹਦੀ ਜਿਹੜੀ ਰੈਜ਼ਿਸਟੈਂਸ ਹੋਏਗੀ ਜਿਹੜੀ ਰੈਜ਼ਿਸਟੈਂਸ ਹੋਏਗੀ ਉਹ ਵੀ ਇਨਕਰੀਜ਼ ਹੋ ਜਾਵੇਗੀ ਮਤਲਬ ਜਦੋਂ ਵੀ ਆਪਾਂ ਕੰਡਕਟਰ ਦੇ ਉੱਤੇ ਟੈਂਪਰੇਚਰ ਨੂੰ ਵਧਾਉਂਦੇ ਆ ਜਾਂ ਮੈਟਲ ਦੇ ਟੈਂਪਰੇਚਰ ਨੂੰ ਇਨਕਰੀਜ਼ ਕਰਦੇ ਆ ਉਹਦੇ ਨਾਲ ਉਹਦੀ ਰੈਜ਼ਿਸਟੈਂਸ ਇਨਕਰੀਜ਼ ਹੋ ਜਾਂਦੀ ਹੈ ਇਹਦਾ ਮਤਲਬ ਕੀ ਆ ਜਿਹੜਾ ਕੰਡਕਟਰ ਹੈ ਕਿ ਪੋਜ਼ਿਟਿਵ ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ ਹੈ ਪੋਜ਼ਿਟਿਵ ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ ਕਲੀਅਰ ਹੋ ਗਿਆ ਕਿ ਜਦੋਂ ਵੀ ਕੰਡਕਟਰਸ ਦੇ ਉੱਪਰ ਜਿੱਦਾਂ ਕਾਪਰ ਐ ਐਲੂਮੀਨੀਅਮ ਐ ਇਹਦੇ ਟੈਂਪਰੇਚਰ ਨੂੰ ਇਨਕਰੀਜ਼ ਕਰਾਂਗੇ ਉਹਦੇ ਨਾਲ ਉਹਦੀ ਰੈਜ਼ਿਸਟੈਂਸ ਵੀ ਇਨਕਰੀਜ਼ ਹੋ ਜਾਵੇਗੀ ਨੈਕਸਟ ਗੱਲ ਕਰਦੇ ਆ ਸੈਮੀ ਕੰਡਕਟਰਸ ਦੀ ਠੀਕ ਹੈ ਜੇ ਇਨਕਰੀਜ਼ ਤੇ ਡਿਕਰੀਜ਼ ਦੋਨਾਂ ਦਾ ਹੀ ਆ ਜੇ ਉਧਰ ਇਨਕਰੀਜ਼ ਕਰਦੇ ਪਏ ਰੈਜ਼ਿਸਟੈਂਸ ਇਨਕਰੀਜ਼ ਹੋ ਰਹੀ ਐ ਜੇ ਟੈਂਪਰੇਚਰ ਘਟੇਗਾ ਰੈਜ਼ਿਸਟੈਂਸ ਵੀ ਘਟੇਗੀ ਤੇ ਫਿਰ ਇਹਦਾ ਜਿਹੜਾ ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ ਕੀ ਆ ਪੋਜ਼ਿਟਿਵ ਰਹੇਗਾ ਕੰਡਕਟਰ ਦੀ ਗੱਲ ਕੀਤੀ ਹੁਣ ਗੱਲ ਕਰਦੇ ਆ ਸੈਮੀ ਕੰਡਕਟਰਸ ਦੀ ਇਦੋ ਸੈਮੀ ਕਨੈਕਟਰਸ ਦਾ ਟੈਂਪਰੇਚਰ ਇਨਕਰੀਜ਼ ਕਰਦੇ ਆ ਉਹਦੇ ਨਾਲ ਉਹਦੀ ਜਿਹੜੀ ਰੈਜ਼ਿਸਟੈਂਸ ਹੈ ਉਹ ਕੀ ਹੋ ਜਾਂਦੀ ਹੈ ਡਿਕਰੀਜ਼ ਹੋ ਜਾਂਦੀ ਓਕੇ ਜਿਹੜੀ ਉਹਦੀ ਰੈਜ਼ਿਸਟੈਂਸ ਹੈ ਉਹ ਕੀ ਹੈ ਡਿਕਰੀਜ਼ ਹੋ ਜਾਏਗੀ ਇਸ ਕਰਕੇ ਜਿਹੜਾ ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ ਹੁੰਦਾ ਹੈ ਸੈਮੀ ਕਨੈਕਟਰਸ ਦਾ ਉਹ ਕੀ ਹੁੰਦਾ ਹੈ ਉਹ 네ਗੇਟਿਵ ਹੁੰਦਾ ਹੈ ਠੀਕ ਹੈ ਸੈਮੀਕੰਡਕਟਰਸ ਹੈਵ ਨੈਗੇਟਿਵ ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ ਆਫ ਰੈਜ਼ਿਸਟੈਂਸ ਕਲੀਅਰ ਹੋ ਗਿਆ ਇਹ ਚ ਕੋਈ ਦਿੱਕਤ ਤੇ ਨਹੀਂ ਥਰਡ ਮਟੀਰੀਅਲ ਜਿਹੜਾ ਹੈਗਾ ਇਹ ਉਹ ਹੈਗੇ ਨੇ ਇਨਸੂਲੇਟਰ ਜਦੋਂ ਇਨਸੂਲੇਟਰਸ ਦੇ ਉੱਪਰ ਟੈਂਪਰੇਚਰ ਜਾਂ ਇਨਸੂਲੇਟਰ ਦਾ ਟੈਂਪਰੇਚਰ ਇਨਕਰੀਜ਼ ਕਰੇਗਾ ਠੀਕ ਹੈ ਉਹਦੇ ਨਾਲ ਉਹਦੀ ਜਿਹੜੀ ਰੈਜ਼ਿਸਟੈਂਸ ਆ ਕੀ ਹੋ ਜਾਏਗੀ ਡਿਕਰੀਜ਼ ਹੋ ਜਾਏਗੀ रेजिस्टेंस की ये ठीक है की हो जाएगी डिक्रीज हो जाएगी ओके okay. इस करके के इंसुलेटर्स का कोफिशियंट की रेजिस्टेंस टेंपरेचर कोफिशियंट की नेगेटिव ठीक है इंसुलेटर्स हैव नेगेटिव टेंपरेचर कोफिशेंट ऑफ रेजिस्टेंस of resistance clear ho gaya etch koi problem te nahi hai koi dikkat nahi inu yaad kar liyo theek hai inu bhi yaad kar liyo tinne cheezan apan ne padna hai first column second column te third column hun conductor ki hai conductor nu tanu pata hi hai je apan conductor di gall kariye je apan conductor di conductors di gall kariye Conduct कंडक्टर्स कंडक्ट करंट वेरी वैरी ठीक है करंट वेरी ईजली ठीक है आसानी करंट न कंडक्ट कर देंगे कंडक्ट करते हैं ठीक है सैकेंड की है सैमी कंडक्टर जो आप सैमी कंडक्टर की गल करिए सैमी कंडक्टर की सैमी कंडक्टर केस के हों ना तो ये चंगा कंडक्टर हों ना ही ये चंगा इंसुलेटर हों इस करके की जी सैमी कंडक्टर की रजिस्टिविटी इट्स रजिस्टिविटी लाइज बटवीन लाइज बटवीन कंडक्टर एंड इंसुलेटर्स कंडक्टर्स एंड इंसुलेटर इंसुलेट ओके तीजे नंबर पर इंसुलेटर्स आते इंसुलेटर्स जनसुलेटर्स होंगे ने एक करंट न कंडक्ट नहीं करते ठीक है इंसुलेटर कंडक्ट नो करंट कंडक्ट नो करंट क्लीयर ओके ਇਹ ਚੀਜ਼ਾਂ ਤੁਸੀਂ ਯਾਦ ਕਰ ਲੈਣੀਆਂ ਜਿੰਨੀਆਂ ਵੀ ਵਾਇਰਸ ਨੇ ਜਾਂ ਕੰਡਕਟਰ ਨੇ ਜਿਹੜੇ ਕਰੰਟ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਕੈਰੀ ਕਰਦੇ ਨੇ ਉਹ ਕੰਡਕਟਰਸ ਹੁੰਦੇ ਨੇ ਤੇ ਜਿੰਨੇ ਵੀ ਮਤਲਬ ਕਹਿ ਲਓ ਕਿ ਪਲਾਸਟਿਕ ਜਾਂ ਮਤਲਬ ਜਿਹੜੇ ਸਾਡੇ ਸਵਿਚ ਬੋਰਡ ਨੇ ਜਿਨ੍ਹਾਂ ਨੂੰ ਆਪਾਂ ਸਵਿਚ ਨੂੰ ਆਨ ਆਫ ਕਰਦੇ ਨੇ ਸਾਰੇ ਇਨਸੂਲੇਟਰਸ ਨੇ ਤੇ ਜਿਹੜੀਆਂ ਇਲੈਕਟ੍ਰੋਨਿਕਸ ਡਿਵਾਈਸਸ ਬਣੀਆਂ ਨੇ ਉਹ ਸਾਰੀਆਂ ਕਿਤੋਂ ਬਣੀਆਂ ਹੁੰਦੀਆਂ ਨੇ ਉਹ ਸੈਮੀ ਕੰਡਕਟਰਸ ਤੋਂ ਬਣੀਆਂ ਹੁੰਦੀਆਂ ਨੇ ਨੈਕਸਟ ਹੈਗਾ ਓਮਸ ਲਾ ਨੈਕਸਟ ਟਾਪਿਕ ਕੀ ਹੈ ਓਮਸ ਲਾ ਠੀਕ ਹੈ ਓਮਸ ਲਾ ਨੂੰ ਆਪਾਂ ਇੱਕ ਗ੍ਰਾਫ ਦੇ ਰੂਪ ਚ ਸਮਝ ਲੈਨੇ ਆ ਕੀ ਹੁੰਦਾ ਕੀ ਇਹ ਇਹ ਆਈ ਹੈ ਸਾਡੇ ਕੋਲ ਇਹ ਵੀ ਠੀਕ ਹੈ ਓਮਸ ਲਾ ਕੀ ਕਹਿੰਦਾ ਵਾ ਕਿ ਕਿਸੇ ਵੀ ਕੰਡਕਟਰ ਦੇ ਵਿੱਚ ਜੇ ਸਪੋਜ਼ ਕਰੋ ਸਾਡੇ ਕੋਲ ਇੱਕ ਕੋਈ ਮਟੀਰੀਅਲ ਹੈ ਇਹਦੇ ਵਿੱਚ ਜੇ ਕੋਈ ਕਰੰਟ ਫਲੋ ਕਰਦਾ ਪਿਆ ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗਾ ਕਿ ਦੇ जो पॉइंटा वोल्टेज अोल्टेज अप्लाई किया है वो ठीक है करंट थ्रू आ मटीरियल या करंट थ्रू आ कंडक्टर इज डायरैक्टली प्रपोर्शनल टू या कह लो करंट फ्लोइंग थ्रू आ मटीरियल इज डायरैक्टली प्रपोर्शनल टू पोटेंशियल डिफरेंस अक्रॉस टू पॉइंट पोटेंशियल डिफरेंस अकरॉस टू पॉइंट्स दो पॉइंट ने ए बी ਇਹਦੇ ਅਕ੍ਰੋਸ ਜਿੰਨਾ ਪੋਟੈਂਸ਼ੀਅਲ ਦਿੱਤਾ ਵਾ ਜਿੰਨਾ ਪੋਟੈਂਸ਼ੀਅਲ ਡਿਫਰੈਂਸ ਹੈਗਾ ਇਹ ਪੋਟੈਂਸ਼ੀਅਲ ਡਿਫਰੈਂਸ ਆਪਾਂ ਪ੍ਰੀਵੀਅਸ ਲੈਕਚਰ ਦੇ ਵਿੱਚ ਸਮਝਿਆ ਕੀ ਹੁੰਦਾ ਏ ਉਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗਾ ਉਹਦੇ ਕੀ ਆ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗਾ ਆਈ ਕਰੰਟ ਇਸ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਅਪਲਾਈਡ ਵੋਲਟੇਜ ਠੀਕ ਹੈ ਬਟ ਇਹਦੀਆਂ ਕੁਝ ਕੰਡੀਸ਼ਨਸ ਨੇ ਠੀਕ ਹੈ ਪ੍ਰੋਵਾਈਡਡ ਦੀ ਫਿਜ਼ੀਕਲ ਕੰਡੀਸ਼ਨਸ ਪ੍ਰੋਵਾਈਡਡ ਦੀ ਫਿਜ਼ੀਕਲ ਕੰਡੀਸ਼ਨਸ ਫਿਜ਼ੀਕਲ ਕੰਡੀਸ਼ਨਸ ਕੰਡੀਸ਼ਨਸ ਪਹਿਲੀ ਕੰਡੀਸ਼ਨ ਕੀ ਆ ਟੈਂਪਰੇਚਰ ਜਿਹੜਾ ਉਹ ਚੇਂਜ ਨਹੀਂ ਹੋਣਾ ਚਾਹੀਦਾ ਟੈਂਪਰੇਚਰ ਡੂ ਨਾਟ ਚੇਂਜ ਟੈਂਪਰੇਚਰ ਡੂ ਨਾਟ ਚੇਂਜ ਤੇ ਟੈਂਪਰੇਚਰ ਜਿਹੜਾ ਆਪਾਂ ਮਟੀਰੀਅਲ ਦਾ ਉਹ ਕਨਸਟੈਂਟ ਰਹਿਣਾ ਚਾਹੀਦਾ ਉਹ ਚੇਂਜ ਨਹੀਂ ਹੋਣਾ ਚਾਹੀਦਾ ਜੇਕਰ ਟੈਂਪਰੇਚਰ ਵਧੇ ਘਟੇਗਾ ਆਪਾਂ ਉੱਪਰ ਪੜਿਆ ਹੋਇਆ ਹੈ ਜੇ ਇਹ ਕੰਡਕਟਰ ਦੇ ਉੱਪਰ ਟੈਂਪਰੇਚਰ ਨੂੰ ਇਨਕਰੀਜ਼ ਜਾਂ ਡਿਕਰੀਜ਼ ਕਰਾਂਗੇ ਉਹਦੇ ਨਾਲ ਰੈਜ਼ਿਸਟੈਂਸ ਤੇ ਵੀ ਇਫੈਕਟ ਪਏਗਾ ਹੁਣ ਰੈਜ਼ਿਸਟੈਂਸ ਬੋਰਡ ਕਿੱਥੋਂ ਆਇਆ ਉਹ ਵੀ ਆਪਾਂ ਦੇਖਾਂਗੇ ਕਿ ਜੇਕਰ ਕਰੰਟ ਡਾਇਰੈਕਟਲੀ ਪ੍ਰੋਪੋਰਸ਼ਨਲ ਆ V ਦੇ ਪਰ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਨਹੀਂ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਚੀਜ਼ ਕਨਸਟੈਂਟ ਹੁੰਦੀ ਹੈ ਉਸ ਚੀਜ਼ ਨੂੰ ਕਹਿੰਦੇ ਨੇ ਰੈਜ਼ਿਸਟੈਂਸ V I R ਹੁਣ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹਟਾਤਾ ਉਹਦੇ ਨਾਲ R ਇੱਕ ਆਪਾਂ ਜੋੜਤਾ ਹੈ R ਕੀ ਹੈ एक कांस्टेंट है, ठीक है ये की है ओके एक ये आर इस साइड से की वोल्टेज इस साइड से की करंट ठीक है तो इधर की है आर ये आर की रेजिस्टेंस। ओके आर की ये हमेशा कांस्टेंट रहेगी किस तरीके ना कांस्टेंट रहेगी आर इज इक्वल टू वी बाय आई मतलब इनन दी जड़ी रेशो आ हमेशा कांस्टेंट रहेगी मान लो वोल्टेज 10 से करंट दो है वैल्यू कितनी आ जाएगी 5 इसी तरीके के नाल द वोल्टेज 15 होगी करंट ओदे नाल 3 हो जाएगा वैल्यू कितनी आदि रहेगी 5 5 की है कांस्टेंट है केड़ी वैल्यू आर की वैल्यू इसी तरीके ना 20 बटा 4 ਇਹ ਕਿੰਨਾ ਆ ਜਾਏਗਾ 5 ਇਹ ਕੀ ਆ ਇਹੀ ਵੈਲਿਊ ਕਲੀਅਰ ਹੋ ਗਿਆ ਬਟ ਇੱਕ ਕਦੋਂ ਤੱਕ ਕਨਸਟੈਂਟ ਰਹੇਗੀ ਜਦੋਂ ਤੱਕ ਟੈਂਪਰੇਚਰ ਚੇਂਜ ਨਹੀਂ ਹੁੰਦਾ ਆਰ ਦੀ ਵੈਲਿਊ ਟੈਂਪਰੇਚਰ ਤੇ ਡਿਪੈਂਡ ਕਰਦੀ ਏ ਆਪਾਂ ਉੱਪਰ ਪੜ੍ਹਿਆ ਨਾ ਆਰ ਤੇ ਇਹਦੀ ਵੈਲਿਊ ਜਿਹੜੀ ਆ ਟੈਂਪਰੇਚਰ ਤੇ ਡਿਪੈਂਡ ਕਰਦੀ ਏ ਓਕੇ ਦੂਸਰਾ ਕੀ ਆ ਸਟ੍ਰੇਨ ਇੱਥੇ ਨਹੀਂ ਪੜ੍ਹਣੀ ਚਾਹੀਦੀ ਮਤਲਬ ਕੀ ਕੰਡਕਟਰ ਜਿਹੜਾ ਵਾ ਜਦੋਂ ਇੱਕ ਜ਼ਰੂਰੀ ਨਹੀਂ ਟੈਂਪਰੇਚਰ ਦੇ ਨਾਲ ਹੀ ਰੈਜ਼ਿਸਟੈਂਸ ਚੇਂਜ ਹੁੰਦੀ ਹੈ ਜੇਕਰ ਉਹਦੀ ਲੈਂਥ ਜਾਂ ਏਰੀਆ ਆਫ ਕਰਾਸ ਸੈਕਸ਼ਨ ਨੂੰ ਵੀ ਆਪਾਂ ਹਲਾਉਂਦੇ ਆ ਚੇਂਜ ਕਰਦੇ ਆ ਉਹਦੇ ਨਾਲ ਵੀ ਰੈਜ਼ਿਸਟੈਂਸ ਜਿਹੜੀ ਚੇਂਜ ਹੋ ਜਾਂਦੀ ਹੈ ਜਿਵੇਂ ਕਿ ਆਪਾਂ ਪੜਿਆ ਸੀ ਲਾਸਟ ਲੈਕਚਰ ਦੇ ਵਿੱਚ ਕਿ ਜਿਹੜੀ ਲੈਂਥ ਮਤਲਬ ਰੈਜ਼ਿਸਟੈਂਸ ਹੁੰਦੀ ਹੈ ਕਿਸੇ ਵੀ ਕੰਡਕਟਰ ਦੀ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀ ਹੈ ਲੈਂਥ ਦੇ ਜੇਕਰ ਲੈਂਥ ਵਧੇਗੀ ਰੈਜ਼ਿਸਟੈਂਸ ਵੀ ਵਧੇਗੀ ਮਤਲਬ ਕੀ ਹੈ ਜੇ ਆਪਾਂ ਇੱਕ ਸਾਡੇ ਕੋਲ ਵਾਇਰ ਹੈ ਉਹਨੂੰ ਖਿੱਚ ਕੇ ਆਪਾਂ ਲੰਬਾ ਕਰ ਦਈਏ ਇਸ ਤਰੀਕੇ ਦਾ ਬਣਾ ਦਈਏ ਤੇ ਉਹਦੀ ਜਿਹੜੀ ਰੈਜ਼ਿਸਟੈਂਸ ਆ ਉਹ ਇਨਕਰੀਜ਼ ਹੋ ਜੇਗੀ ਜੇਕਰ ਏਰੀਆ ਆਫ ਕਰਾਸੈਕਸ਼ਨ ਨੂੰ ਆਪਾਂ ਨਹੀਂ ਹਿਲਾਉਂਦੇ ਤੇ ਓਕੇ ਕਲੀਅਰ ਹੋ ਗਿਆ ਠੀਕ ਹੈ ਇਹਨੂੰ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਆ tan θ R V I ਓਕੇ ਇਹਦੇ 'ਚ ਕੋਈ ਪ੍ਰੋਬਲਮ ਤੇ ਨਹੀਂ ਇਹਨੂੰ ਜਿੰਨਾ ਕੁ ਜੀ ਮੈਂ ਤੁਹਾਨੂੰ ਕਰਵਾ ਰਿਹਾ ਹਾਂ ਨਾ ਉਹਨੂੰ ਨਾਲ ਦੀ ਨਾਲ ਤੁਸੀਂ ਕਰਦੇ ਰਹੋ ਕੱਲ ਆਪਾਂ ਪਾਵਰ ਦੇ ਫਾਰਮੂਲੇ ਪੜ੍ਹੇ ਸੀ ਪੜ੍ਹੇ ਸੀ ਨਾ ਪਾਵਰ ਦੇ ਫਾਰਮੂਲੇ ਕੀ ਪੜ੍ਹੇ ਸੀ ਪਾਵਰ ਦੇ ਫਾਰਮੂਲਿਆਂ ਦੇ ਵਿੱਚ ਆਪਾਂ ਇਹ ਪੜ੍ਹਿਆ ਸੀ ਕਿ V I ਫਿਰ ਉਸ ਤੋਂ ਬਾਅਦ ਮੈਂ ਇੱਕ ਫਾਰਮੂਲਾ ਤੁਹਾਨੂੰ ਕਰਾਇਆ ਸੀ ਜਿਹਦੇ 'ਚ ਮੈਂ V² R ਕਰਤਾ ਸੀ ਉੱਚ ਕੀਤਾ ਕੀ ਸੀ ਕਿ ਓਮਜ਼ ਲਾ ਹੀ ਮੇਨ ਜਿਹੜੀ ਚੀਜ਼ ਹੈ ਨਾ ਮੈਂ ਕਰੀਰ ਰਿਵਾਈਜ਼ ਕਰਵਾ ਦਿੰਦਾ ਉਹਦੇ ਵਿੱਚ ਮੇਨ ਚੀਜ਼ ਕੀ ਸੀ ਓਮਜ਼ ਲਾਹ ਓਮਜ਼ ਲਾਹ ਲੱਗਣਾ ਸੀ ਕੱਲ ਆਪਾਂ ਓਮਜ਼ ਲਾਹ ਪੜ੍ਹਿਆ ਨਹੀਂ ਇਸ ਕਰਕੇ ਅੱਜ ਉਹਨੂੰ ਆਪਾਂ ਅਪਲਾਈ ਕਰਾਂਗੇ ਕਿਸ ਤਰ੍ਹਾਂ ਹੁਣ ਦੇਖੋ V I R है. V I R ਤੇ ਜੇਕਰ ਆਪਾਂ I V R ਕਰ ਦਈਏ ਠੀਕ ਹੈ ਤੇ I ਦੀ ਵੈਲਿਊ ਨੂੰ S I ਦੀ ਜਗ੍ਹਾ ਤੇ ਪੁੱਟ ਕਰ ਦਈਏ ਤੇ ਕੀ ਸਾਡੇ ਕੋ ਆ ਜਾਏਗਾ ਫਿਰ ਸਾਡੇ ਕੋ ਇਹੀ ਆ ਗਿਆ ਨਾ V V I ਦੀ ਜਗ੍ਹਾ ਤੇ V R ਕੀ ਆ ਗਿਆ V² R ਕੀ ਆ ਗਿਆ ਸਾਡੇ ਕੋ V² R ਇਸੇ ਤਰੀਕੇ ਦੇ ਨਾਲ V है। है I R ਤੇ ਜੇਕਰ ਆਪਾਂ V ਦੀ ਜਗ੍ਹਾ ਤੇ I R ਪੁੱਟ ਕਰ ਦਈਏ ਠੀਕ ਹੈ ਨਾ ਤੇ ਫਿਰ ਸਾਡੇ ਕੋਲ ਕੀ ਆ ਜਾਏਗਾ I R I ਤੇ ਕੀ ਆ ਗਿਆ ਸਾਡੇ ਕੋਲ I² R ਇਸ ਤਰੀਕੇ ਦੇ ਨਾਲ ਕੱਲ ਫਾਰਮੂਲੇ ਡਰਾਈਵ ਕੀਤੇ ਸੀ ਓਕੇ ਕੋਈ ਐਚੂ ਪ੍ਰੋਬਲਮ ਤਾਂ ਨਹੀਂ ਓਕੇ ਨੈਕਸਟ ਲੈਕਚਰ ਦੇ ਵਿੱਚ ਆਪਾਂ DC ਸਰਕਟ ਸਟਾਰਟ ਕਰਾਂਗੇ ਓਕੇ